सारे दर्शक वीरां नूं प्यार भरी सति श्री अकाल। जिस तरह थोनू पता ही आ भी मालवा टीवी की टीम पंजाब दे हिंदुस्तान दे कुछ क जिलों दे विच कुछ क सूबियां दे विच जिथे जिथे भी स्पोर्ट्स नाल जुड़े हुए खास करके जानवरां दीआं खेडां ते कुछ क राजनीतिक शख्सियतां धार्मिक शख्सियतां खिडारियों के नाल मालवा टीवी का पिछले समय तो उपराला जिस तरह तुसी मालवा टीवी नूं प्यार दिता उस प्यार का थोड़ा जिहा ऋण चुकाउण दे लई पंजाब दे वख-वख खिडारियों नाल वख-वख गेमां दे खिडारियों नाल थोड़ी मुलाकात करा रहे हैं। कदे बैलगड्डियां दे खेत्र च घोड़सवारी दे खेत्र च कबूतरबाजी दे खेत्र च कबड्डी दे खेत्र च ते अज आपां जिहड़ी मुलाकात कर रहे हैं ये शिकारी वीर के खेत्र च आ शिकारी वीर भी आ ते इस खेल नूं प्रमोट करन दे लई उहदा इंटरटेन करन दे लई किसे ना किसे शख्सियत की जरूरत हुंदी आ क्योंकि जो भी गेम चलती आ उहदी असली कला उहदे च असली जान कमेंटरी तो पैंदी आ चाहे वह फुटबाल की आ चाहे वह क्रिकेट की आ। पिछले समय च नरेंद्र हिंदुस्तान के प्रधानमंत्री मोदी जी ने भी गल कही भी गेमां दे विच कमेंटरी दे नाल ही जान पैंदी आ ते अज दी जिहड़ी जान अज दी जिहड़ी शख्सियत दे नाल मुलाकात करा रहे हैं शिकारी वीरां दे खेत्र च शिकारियां च भी वड्डा नाम रहा ते पिछले समय तो सरदार अमनदीप सिंह जी माजरी ते प्यार नाल लोग मन्ना माजरी कहिंदे आ अज अपनी मुलाकात उन्होंने नाल अमनदीप वीर सति श्री अकाल जी। तुहाडा ही बहुत बहुत धन्यवाद जी पहुँचे तुसीं अज ते सारी मालवा टीम का ही जिहड़ा टाइम कढ के पहुँचे जी बहुत बहुत वैलकम जी। थैंक यू वीरे। अमनदीप हाँ जी भाई जी अमनदीप अज आपां बोपा रामा पिंड दे विच हाँ जी थोड़े भाईचारे च बैठे हाँ हाँ जी हाँ जी थोड़ा पिंड इत्थों कित्थों पैंदा वा? मेरा पिंड जी माजरी आ मुल्लापुर दे नज़दीक आ जी ਇੱਥੋਂ ਆਪਾਂ ਮਤਲਬ ਮੁੱਲਾਪੁਰ ਤੋਂ ਖੰਜਰਵਾਲ ਤੋਂ ਨਾਲ ਹੀ ਆ ਜੀ 3 ਕਿਲੋਮੀਟਰ ਪਿੰਡ ਮਾਜਰੀ। ਪੰਜਾਬ 'ਚ ਮਾਜਰੀਆਂ ਬਹੁਤ ਨੇ ਹਾਂਜੀ ਅਤੇ ਇਹ ਮਾਜਰੀ ਮੰਨੇ ਮਾਜਰੀ ਨਾਲ ਮਸ਼ਹੂਰ ਹੋ ਗਈ ਜੇ ਕੋਈ ਆਪਾਂ ਜਾਨਵਰਾਂ ਦੀ ਕੋਈ ਖੇਡ ਚੱਲਦੀ ਆ ਚੱਲਦੀ ਆ ਚਾਹੇ ਉਹ ਕਬੂਤਰਬਾਜੀ ਦੀ ਆ ਚਾਹੇ ਬੈਲ ਗੱਡੀਆਂ ਦੀ ਆ ਜਿਹੜੀ ਜਾਨਵਰਾਂ ਦੀ ਆ ਹਾਂਜੀ ਕਿਉਂਕਿ ਜਾਨਵਰਾਂ ਨੂੰ ਜਾਨਵਰਾਂ ਵਾਲੇ ਬੰਦਿਆਂ ਨਾਲ ਸ਼ੌਂਕ ਹੁੰਦਾ ਹੁੰਦਾ ਜੀ ਹਾਂਜੀ ਅਤੇ ਉੱਥੇ ਫਿਰ ਮੰਨਾ ਕਿਵੇਂ ਪਿਆ ਨੋ ਮੰਨਾ ਜੀ ਮੇਰੇ ਫਾਦਰ ਸਾਹਿਬ ਨੇ ਰੱਖਿਆ ਜੀ ਅਤੇ ਮੈਂ ਮਤਲਬ ਘਰਦਿਆਂ ਦਾ ਇਕਲੌਤਾ ਹੀ ਸੀਗਾ ਜੀ ਪਹਿਲਾਂ ਬ੍ਰਦਰ ਸੀਗਾ ਜੀ ਬ੍ਰਦਰ ਦੀ ਡੈਥ ਹੋ ਗਈ ਸੀਗੀ ਅਤੇ ਫਿਰ ਮੇਰੀ ਦਾਦੀ ਇੱਕ ਨਾ ਸਾਡੇ ਮਤਲਬ ਬਜ਼ੁਰਗ ਸੀਗੇ ਜੀ ਵੱਡੇ ਅਤੇ ਉਹਨਾਂ ਦਾ ਨਾਮ ਮੰਨਾ ਸੀਗਾ ਜੀ ਅੱਛਾ ਅਤੇ ਫਿਰ ਮੇਰੀ ਦਾਦੀ ਨੇ ਉਹਨਾਂ ਦੇ ਨਾਂ 'ਤੇ ਮੇਰਾ ਨਾਂ ਰੱਖਿਆ ਸੀਗਾ ਜੀ ਉਹ ਬਜ਼ੁਰਗਾਂ ਦੇ ਤੌਰ 'ਤੇ ਹਾਂਜੀ 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 ਮੰਨਾ ਜੀ ਉਈ ਤਾਂ ਨਹੀਂ ਆਇਆ ਵੀ ਗੋਲ ਮੋਲੇ ਮੰਨੂ ਜੀ ਆਇਆ ਨਹੀਂ ਜੀ ਨਹੀਂ ਮਤਲਬ ਉਹ ਫਿਰ ਫਾਦਰ ਸਾਹਿਬ ਨੇ ਨਾਲੇ ਮੇਰੇ ਦਾਦੀ ਜੀ ਨੇ ਮੇਰਾ ਨਾਮ ਮੰਨਾ ਰੱਖਿਆ ਸੀ ਮੰਨਾ ਹਾਂਜੀ ਅਤੇ ਅੱਜ ਉਹ ਨਾਂ ਨੂੰ ਪਿਆਰ ਮਿਲ ਰਿਹਾ ਪੂਰਾ ਪੂਰਾ ਬਾਈ ਜੀ ਪੂਰਾ ਮੰਨਾ ਮਾਜਰੀ ਅੱਜ ਹਾਂਜੀ ਜਾਣੀ ਅਤੇ ਬਾਬੇ ਦੀ ਕਿਰਪਾ ਜੀ ਮੁੱਲਾਪੁਰ ਦੇ ਨਾਲ ਕਿਉਂਕਿ ਪੰਜਾਬ 'ਚ ਬਹੁਤ ਮਾਜਰੀਆਂ ਮਾਜਰੀਆਂ ਹਾਂਜੀ ਤਕਰੀਬਨ 14 ਤੋਂ 15 ਮਾਜਰੀਆਂ ਜੀ ਪੰਜਾਬ ਦੇ ਵਿੱਚ ਹਾਂਜੀ ਅਤੇ ਮਤਲਬ ਇਹ ਪਹਿਲਾਂ ਸਾਡਾ ਪਿੰਡ ਵਿੱਚ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਇੱਕ ਨਾ ਟਿੱਬੇ ਵਾਲੀ ਸਾਈਡ ਸਾਡੇ ਬਾਬਾ ਜੀ ਆ ਬਾਬਾ ਕਪੂਰ ਸਾਹਿਬ ਜੀ ਉੱਥੇ ਮਤਲਬ ਇਹ ਪਿੰਡ ਵਸਿਆ ਹੋਇਆ ਸੀਗਾ ਜੀ ਉਦੋਂ ਬਾਅਦ ਇਹ ਮਤਲਬ ਇੱਧਰਲੀ ਸਾਈਡ ਆ ਕੇ ਵਸ ਗਿਆ ਜੀ। ਮੁੱਲਾਪੁਰ ਤੋਂ ਕਿੰਨੇ ਕਿਲੋਮੀਟਰ ਹੈ? 7 ਕਿਲੋਮੀਟਰ ਜੀ ਮੁੱਲਾਪੁਰ। ਜਦੋਂ ਆਪਾਂ ਲੁਧਿਆਣੇ ਤੋਂ ਜਗਰਾਮਾਬਾਦ ਜਾਂਦੇ ਹਾਂ ਵਿਚਾਲੇ ਕਸਬਾ ਉਹਦਾ ਮੁੱਲਾਪੁਰ ਹਾਂਜੀ ਮੁੱਲਾਪੁਰ ਤੋਂ ਖੰਜਰਵਾਲ 7 ਕਿਲੋਮੀਟਰ ਮੁੱਲਾਪੁਰ ਤੋਂ ਖੰਜਰਵਾਲ 5 ਕਿਲੋਮੀਟਰ ਆ ਜੀ ਅਤੇ ਨਾਲ ਹੀ 2-3 ਕਿਲੋਮੀਟਰ 'ਤੇ ਮੇਰਾ ਪਿੰਡ ਆ ਜੀ ਮਾਜਰੀ ਮਾਜਰੀ ਹਾਂਜੀ ਚਲੋ ਅਤੇ ਅੱਜ ਆਪਾਂ ਤੁਹਾਡੇ ਜੀਵਨ ਬਾਰੇ ਹਾਂਜੀ ਤੁਹਾਡੇ ਸ਼ਿਕਾਰੀਆਂ ਬਾਰੇ ਅਤੇ ਤੁਹਾਡੀ ਜਿਹੜੀ ਕਲਾ ਵਾ ਹਾਂਜੀ ਉਹਦੇ ਬਾਰੇ ਆਪਾਂ ਦਰਸ਼ਕ ਵੀਰਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਅਤੇ ਨਾਲ ਵੀਰ ਜੀ ਇਹ ਬਾਈ ਲੱਕੀ ਬਾਈ ਜੀ ਆ ਜੀ ਲੱਕੀ ਵੀਰ ਇਹ ਲੱਕੀ ਬਾਈ ਬੋਪਾ ਰਾਮਾ ਪਿੰਡ ਤੋਂ ਆ ਜੀ ਅੱਜ ਜਿੱਥੇ ਆਪਾਂ ਬੈਠੇ ਹਾਂ ਜਦੋਂ ਆਪਾਂ ਮੁੱਲਾਪੁਰ ਤੋਂ ਰੈਕੋਟ ਵੱਲ ਜਾਂਦੇ ਹਾਂ ਸੁਧਾਰ ਕਸਬਾ ਆਉਂਦਾ ਉਹ ਤੋਂ ਸੁਧਾਰ ਤੋਂ 3 ਕਿਲੋਮੀਟਰ ਹਟਮਾ ਪਿੰਡ ਆ ਸੱਜੇ ਹੱਥ ਮੁੱਲਾਪੁਰ ਤੋਂ ਰੈਕੋਟ ਵੱਲ ਜਾਂਦੇ ਹਾਂ ਨੂੰ ਬੋਪਾ ਰਾਇਕਲ ਅਤੇ ਉੱਥੋਂ ਵੀਰ ਲੱਕੀ ਵੀਰ ਹਾਂਜੀ ਲੱਕੀ ਵੀਰ ਜੀ ਧੰਨਵਾਦ ਆ ਪਹਿਲਾਂ ਤੁਹਾਡਾ ਸਤਿ ਸ਼੍ਰੀ ਅਕਾਲ ਆ ਜੀ ਲੱਕੀ ਵੀਰ ਜੀ ਸ਼ਿਕਾਰੀ ਹੋ ਤੁਸੀਂ ਹਾਂਜੀ ਹਾਂਜੀ ਜੀ
ਸ਼ਿਕਾਰੀ ਕੁੱਤੇ ਰੱਖੇ ਆ। ਹਾਂਜੀ ਹਾਂਜੀ ਜੀ। ਤੇ ਫਿਰ ਅੱਜ ਤੁਹਾਡੇ ਬਾਰੇ ਆਪਾਂ ਤੁਹਾਡੇ ਜੀਵਨ ਬਾਰੇ ਤੁਹਾਡੇ ਸ਼ਿਕਾਰੀਆਂ ਬਾਰੇ ਤੇ ਸ਼ਿਕਾਰੀ ਕੁੱਤੇ ਕਿੱਥੋਂ ਪੈਦਾ ਕੀਤੇ ਨਸਲ ਬਾਰੇ ਉਹਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਜਿਹੜੀ ਅੱਜ ਮੁਲਾਕਾਤ ਆ ਅੱਜ ਥੋੜ੍ਹੀ ਜਿਹੀ ਲੰਬੀ ਚੱਲੂਗੀ। ਸਾਰਾ ਗਰੁੱਪ ਬੈਠਾ, ਭਾਈਚਾਰਾ ਨਵਾਂ ਯੂਥ ਬੈਠਾ, ਮੁੰਡੇ ਵੀ ਗਿਣਤੀ 'ਚ 10 ਲੱਗਦੇ ਆ ਪਰ ਹੈ ਵਜਨ 'ਚ 20 ਕਿਉਂਕਿ ਸਾਰੇ ਹੀ ਪਰਮਾਤਮਾ ਦੀ ਕਿਰਪਾ ਬਈ ਪਲੇਅਰ ਲੱਗਦੇ ਆ, ਹੈ ਵੀ ਪਲੇਅਰ। ਵਾਕਈ ਤੁਹਾਨੂੰ ਗੱਲਾਂ ਬਾਤਾਂ ਕਰਾਂਗੇ। ਅੱਛਾ ਲੱਕੀ ਵੀਰ, ਇੱਧਰ ਵੀਰ ਜੀ ਮੇਰੇ ਨਾਲ ਜਿਹੜੇ ਬੈਠੇ, ਇਹਨਾਂ ਦਾ ਕੀ ਨਾਂ? ਇਹ ਆਪਣੇ ਦੀਪਾ ਬਾਈ ਜੀ, ਇਹ ਮੁੱਲਾਂਪੁਰ ਤੋਂ ਜੀ, ਉਸਤਾਦ ਆ ਆਪਣੇ। ਉਸਤਾਦ? ਹਾਂਜੀ ਹਾਂਜੀ। ਸ਼ਿਕਾਰੀ ਵੀਰਾਂ 'ਚ ਨਹੀਂ, ਅਸੀਂ ਮਤਲਬ ਵੀ ਗੇਮਾਂ ਗੁਮਾਂ ਕੁੱਕੜ ਕਾਕੜ ਰੱਖੀ ਦੀ ਆ, ਸ਼ੌਂਕ ਹੀ ਆ ਸਾਨੂੰ। ਜਾਣੀ ਵਧੀਆ ਨਸਲ ਦੇ ਕੁੱਕੜ ਵੀ ਰੱਖੇ ਆ, ਰੱਖਦੇ ਆ, ਉਹਨਾਂ ਤੋਂ ਬੱਚੇ ਪੈਦਾ ਕਰਾਉਂਦੇ, ਆਂਡੇ ਖਾਂਦੇ ਹੋ? ਹਾਂਜੀ। ਪਾਣੀ ਤਾਂ ਨਹੀਂ ਸਿਹਤ ਕਿਤੇ ਇਹੋ ਜਿਹੀ ਬਈ ਖਾਣੇ? ਮੰਨੇ ਮੈਨੂੰ ਲੱਗਦਾ ਤੂੰ ਚੋਰੀ ਆਂਡੇ ਲੈ ਜਾਂਦਾ ਹੋਏਗਾ ਬਈ। ਅੱਛਾ ਅਸਾ ਜੀ, ਇਹ ਮੁਰਗੀਆਂ ਦੀਆਂ ਨਸਲਾਂ ਦਾ ਵੀ ਫਰਕ ਹੁੰਦਾ? ਨਸਲਾਂ ਤਾਂ ਹੁੰਦਾ ਹੀ, ਕਈ ਹੁੰਦੀਆਂ ਨਸਲ, ਸੀਲ ਹੁੰਦੇ ਆ, ਦੇਸੀ ਹੁੰਦੇ ਆ। ਅੱਛਾ, ਸੀਲ ਤੇ ਦੇਸੀ ਦੋ ਹੀ ਹੋਈਆਂ? ਰੂੜੀਆਂ ਤੇ ਫਿਰਦੇ ਜਰਾਸੀਮ ਜਿਹੜੇ ਮਰਜ਼ੀ ਅੰਦਰ ਸਭ ਕੁਛ ਹਾਜ਼ਮਾ। ਦੇਸੀ ਦੇ ਅੰਡੇ ਦਾ ਕਿਵੇਂ ਪਤਾ ਲੱਗਦਾ ਦੇਸੀ ਤੇ ਬਲੈਤੀ ਦੇ? ਆਪਾਂ ਨੂੰ ਜੇ ਆਂਡੇ ਦੀ ਪਰਖ ਕਰਨੀ ਹੋਵੇ ਬਈ ਇਹ ਸਹੀ ਆਂਡਾ ਦੇਸੀ ਦਾ, ਕਿਉਂਕਿ ਵਿੱਚ ਹੁਣ ਸੁਣਿਆ ਵੀ ਚਾਹ ਪੱਤੀ ਨਾਲ ਹੀ ਉਹ ਦੁਕਾਨਾਂ ਵਾਲੇ ਕਰ ਦਿੰਦੇ ਆ ਲਾਲ ਜਿਹੇ। ਪੀਲੀ ਨਹੀਂ, ਇਹ ਫਰਕ ਆ। ਹਾਂਜੀ, ਲਾਈਟ ਕਲਰ ਦੀ ਹੋਊਗੀ ਉਹ ਗੂੜੇ ਕਲਰ ਦੀ ਹੋਊਗੀ ਪੀਲੀ, ਤੇ ਜਿਹੜਾ ਬਲੈਲਰ ਹੁੰਦਾ ਉਹਦੀ ਮਤਲਬ ਥੋੜੀ ਜਿਹੀ ਲਾਈਟ ਹੁੰਦੀ, ਚਿੱਟੇ ਪਾਉਂਦੇ ਹੁੰਦੇ ਜਾਂਦੇ ਚਿੱਟੇ ਪਾਉਂਦੇ। ਤਾਕਤ ਦਾ ਤਾਂ ਫਰਕ ਆ? ਹਾਂਜੀ, ਤਾਕਤ ਦਾ ਤਾਂ ਫਰਕ ਹੈ ਜੀ। ਠੀਕ ਆ, ਪੰਜਾਬ 'ਚ ਉਸਤਾਦ ਜੀ ਦੇਸੀ ਮੁਰਗੇ ਕਿੱਥੇ ਵਧੀਆ ਮਿਲਦੇ ਆ? ਦੇਸੀ ਮੁਰਗੇ ਪਿੰਡਾਂ 'ਚ ਵਧੀਆ ਮਿਲਦੇ ਜੀ, ਪਿੰਡਾਂ 'ਚ। ਹਾਂ, ਪੰਜਾਬ ਦੇ ਜਿੰਨੇ ਪਿੰਡ ਸਾਰੇ ਰੱਖੇ ਆ ਦੇਸੀ ਮੁਰਗੇ। ਨਹੀਂ, ਕੋਈ ਖਾਸ ਪਿੰਡ ਹੁੰਦਾ ਜਿਵੇਂ? ਇੱਕ ਤਾਂ ਤੁਹਾਡੇ ਕੋਲ ਹੀ ਇੱਥੇ ਹੋ ਗਏ, ਤਾਂ ਬਾਹਰ ਮੈਂ ਦੇਖੇ ਆ। ਸਾਰੇ ਵੀਰਾਂ ਨਾਲ ਮੁਲਾਕਾਤ ਕਰਦੇ ਆ। ਲੱਕੀ ਵੀਰ, ਇੱਧਰ ਤਾਂ ਆਪਾਂ ਉਸਤਾਦ ਜੀ ਨਾਲ ਗੱਲ ਕਰ ਲਈ, ਉੱਧਰ ਨੌਜਵਾਨ ਉਹ ਜਿਹੜਾ ਪਰਲੇ ਪਾਸੇ ਦਰਵਾਜ਼ੇ ਕੋਲੇ, ਇਹ ਆਪਣੇ ਕੋਲੇ ਮੁੰਡੇ ਸਾਰੇ ਭਾਰ ਚੱਕਦੇ ਆ ਜੀ, ਇੱਥੇ ਪਾਵਰ ਲਿਫਟਿੰਗ ਕਰਦੇ। ਪਾਵਰ ਕੀ ਨਾਂ ਆ? ਉਹਦਾ ਨਾਂ ਹੈਗਾ ਜੀ, ਉਹ ਤਾਂ ਅਸੀਂ ਇਹਨੂੰ ਮਨੀ ਕਹਿ ਦਿੰਦੇ ਆ। ਮਨੀ ਟਿੱਡੂ, ਹੁਣ ਅਸੀਂ ਛੋਟਾ ਨਾ ਟਿੱਡੂ ਕਹਿ ਦਿੰਦੇ ਹਾਂ ਉਹਨੂੰ ਜੀ। ਕੀ ਕਹਿ ਦਿੰਦੇ ਆ? ਟਿੱਡੂ, ਟਿੱਡੂ, ਟਿੱਡੂ। ਹਾਂਜੀ ਹਾਂਜੀ, ਅਮਰੀਕਾ, ਉਹ ਅਮਰੀਕਾ, ਅਸੀਂ ਟਿੱਡੂ ਕਹਿ ਦਿੰਦੇ ਹਾਂ ਪਿਆਰ ਨਾਲ ਜੀ। ਪਿਆਰ ਨਾਲ, ਮੌਸਮ ਉਹੋ ਜਿਹਾ ਟਿੱਡੂ ਆ ਸੌਣ ਦਾ ਚੱਲਦਾ ਵਾ ਆਪੇ ਨਿਕਲੇ ਆਉਂਦੇ। ਕਿਹੜਾ ਪਿੰਡ ਹੈ ਇਹਦਾ? ਇਹਦਾ ਆਹੀ ਆ ਜੀ, ਗੋਪਾ ਰਾਏ। ਹਾਂਜੀ, ਮੁੰਡਾ ਗੱਭਰੂ ਆ। ਹਾਂਜੀ, ਡੌਲੇ ਡਾਲੇ ਵੀ ਬਣੇ ਆ, ਗਾਹਾਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ। ਅੱਛਾ, ਨਾਲ ਮੁੰਡਾ ਟੀ ਸ਼ਰਟ ਵਾਲਾ? ਇਹਦਾ ਹੈਗਾ ਜੀ ਝੰਡਾ, ਅਸੀਂ ਪਿਆਰ ਨਾਲ ਇਹਨੂੰ ਝੰਡਾ ਹੀ ਕਹਿੰਦੇ ਆ। ਪੱਕਾ ਨਾ ਜਗਸੀਰ ਸਿੰਘ ਆ। ਹਾਂਜੀ, ਊਂ ਝੰਡਾ ਕਹਿੰਦੇ ਆ, ਝੰਡਾ ਕਹਿੰਦੇ। ਕਿਸੇ ਦਾ ਟਿੱਡੋ, ਕਿਸੇ ਦਾ ਝੰਡਾ, ਕਿਸੇ ਦਾ ਮੁਰਗਾ, ਕੋਈ ਸਾਰੇ ਜਾਨਵਰ ਵਾਲੀਆਂ ਖੇਡਾਂ, ਜਾਨਵਰ ਵਾਲੀ। ਠੀਕ ਆ, ਤੇ ਨਾਲ ਇਹ ਮੁੰਡਾ ਸੋਹਣਾ ਜਿਹਾ, ਇਹ ਵੀ ਪਿੰਡੋ ਹੀ ਆ ਜੀ। ਅੱਛਾ, ਇਹ ਅਰਸ਼ਦੀਪ ਆ ਜੀ। ਅਰਸ਼ਦੀਪ, ਤੇ ਇਹ ਵੀ ਹਾਂਜੀ ਗੇਮ ਕਰਦਾ, ਗੇਮ ਕਰਦਾ। ਠੀਕ ਹੈ, ਮੁੰਡਾ ਕਾਲੀ ਪੱਗ ਵਾਲਾ, ਰਕਬੇ ਤੋਂ ਆ ਜੀ, ਰਕਬੇ ਤੋਂ ਬੋਪਾਰਾ। ਠੀਕ ਹੈ ਜੀ, ਠੀਕ ਠੀਕ ਹੈ। ਤੇ ਇੱਧਰ ਵੀਰ ਜੀ, ਇੰਡੀਆ ਦੀ ਜਿਹਨਾਂ ਨੇ ਲੋਗੋ ਵਾਲੀ ਟੀ ਸ਼ਰਟ ਪਾਈ ਹੋਈ ਆ, ਹਾਂਜੀ, ਇਹ ਮੇਰੇ ਬ੍ਰਦਰ ਹੀ ਆ ਜੀ, ਛੋਟੇ ਆ ਮੇਰੇ ਤੋਂ। ਕੀ ਨਾਂ ਜੀ? ਇਹ ਮਨਦੀਪ ਸਿੰਘ ਰਿੰਕੂ ਜੀ, ਏਸ਼ੀਆ ਚੈਂਪੀਅਨ ਆ, ਤੇ ਵਰਲਡ ਦੇ ਵਿੱਚੋਂ ਇਹਨਾਂ ਦਾ ਹੈਗਾ ਬਰਾਊਨ। ਕੀ ਕਿਹਾ ਜੀ? ਵਰਲਡ ਦੇ ਵਿੱਚੋਂ ਬਰਾਊਨ ਮੈਡਲ ਆ ਜੀ, ਏਸ਼ੀਆ 'ਚੋਂ ਗੋਲਡ ਆ, ਦੁਨੀਆ ਦੇ ਵਿੱਚੋਂ ਵਰਲਡ ਦੇ ਵਿੱਚੋਂ ਹੈਗਾ ਗੋਲਡ ਮੈਡਲ ਨਾ, ਏਸ਼ੀਆ ਵਰਲਡ ਦੇ ਵਿੱਚੋਂ ਬਰਾਊਨ ਆ ਜੀ, ਬਰਾਊਨ ਮੈਡਲ। ਹਾਂਜੀ ਹਾਂਜੀ, ਇਹ ਮੈਡਲ ਆ ਜਿਹੜੇ ਪਏ ਨੇ, ਇਹ ਰਸ਼ੀਆ ਦਾ, ਹਾਂਜੀ, ਰਸ਼ੀਆ ਖੇਡਣ ਗਏ ਸੀ ਜੀ। ਬਹੁਤ ਵੱਡੀ ਗੱਲ ਹੈ। ਫਿਰ ਹੁਣ ਤੁਸੀਂ ਮਾਈਕ ਵੀਰ ਜੀ ਨੂੰ ਦਿਓ, ਕਿਉਂਕਿ ਏਡੀ ਵੱਡੀ ਸ਼ਖਸੀਅਤ ਸ਼ਿਕਾਰੀ ਵੀਰਾਂ ਦੇ ਵਿੱਚ, ਪੰਜਾਬ ਦੇ ਵਿੱਚ। ਰਿੰਕੂ ਜੀ, ਪਹਿਲਾਂ ਤਾਂ
ਸਤਿ ਸ਼੍ਰੀ ਅਕਾਲ ਜੀ ਸਾਰੇ। ਮੇਰੇ ਵੱਲੋਂ ਬਹੁਤੀ ਵਾਰੀ ਮਾਨਵਾ ਟੀਵੀ ਵੱਲੋਂ ਅੱਜ ਤੁਹਾਡੇ ਵਰਗੀ ਸ਼ਖਸੀਅਤ ਨਾਲ ਮੁਲਾਕਾਤ ਹੋਣ ਲੱਗੀ ਆ। ਥੈਂਕ ਯੂ, ਬੜੀ ਪਿਆਰੀ ਸ਼ਖਸੀਅਤ ਹੋ। ਹੁਣ ਤੁਸੀਂ ਜਿਹੜਾ ਵੀਰ ਨੇ ਲੱਕੀ ਵੀਰ ਜੀ ਨੇ ਦੱਸਿਆ, ਮੈਂ ਗੱਲ ਪੂਰੀ ਸਮਝਿਆ ਨਹੀਂ, ਕਿਉਂਕਿ ਆਹ ਜਿਹੜੇ ਮੈਡਲ ਦੇਖ ਕੇ ਹੀ ਵੀ ਹਿੰਦੁਸਤਾਨ 'ਚ ਦੁਨੀਆ 'ਚ ਕਿਹੜੀ ਗੇਮ ਕਰਦੇ ਹੋ ਜੀ ਤੁਸੀਂ? ਪਾਵਰ ਲਿਫਟਿੰਗ ਕਰਦਾ ਜੀ। ਪਾਵਰ ਲਿਫਟਿੰਗ ਇਹ ਪਾਵਰ ਲਿਫਟਿੰਗ ਵੇਟ ਲਿਫਟਿੰਗ ਦਾ ਇਹਦਾ ਫਰਕ ਹੈ ਜੀ ਗੇਮ ਦਾ? ਹਾਂਜੀ ਫਰਕ ਆ ਜੀ। ਕੀ ਫਰਕ ਹੈ? ਪਾਵਰ ਲਿਫਟਿੰਗ 'ਚ ਸਕੁਐਟ ਮੋਢਿਆਂ 'ਤੇ ਭਾਰ ਰੱਖ ਕੇ ਥੱਲੇ ਬੈਠ ਕੇ ਉੱਡਦੇ ਆ। ਹਾਂਜੀ। ਇੱਕ ਬੈਂਚ ਪ੍ਰੈਸ ਇੱਕ ਥੱਲੇ ਤੋਂ ਵੱਧ ਵੇਟ ਲਿਫਟ ਕਰਨਾ ਆਪਾਂ, ਥੱਲਿਓਂ ਵਜਨ ਚੱਕ ਕੇ। ਹਾਂਜੀ, ਜਿੰਨਾ ਵੀ ਕਰ ਸਕਦੇ। ਜਿੰਨਾ ਵੀ ਕਰ ਸਕਦੇ। ਅੱਛਾ ਜੀ, ਡੈਡ ਲਿਫਟ। ਹਾਂਜੀ। ਇਹ ਤੁਸੀਂ ਇਹ ਕੰਪੀਟੀਸ਼ਨ ਲੜੇ? ਹਾਂਜੀ, ਕਿਉਂਕਿ ਇਹਦਾ ਗੱਲਾਂ ਬਹੁਤ ਵੱਡੀਆਂ ਹੋ ਗਈਆਂ ਨੇ। ਕਿੱਥੇ ਕਿੱਥੇ ਕੰਪੀਟੀਸ਼ਨ ਲੜਿਆ? ਮੈਂ 3 ਵਾਰ ਤਾਂ ਮੈਂ ਇੰਡੀਆ ਚੈਂਪੀਅਨ ਹਾਂ ਜੀ। ਕੀ ਹੋ ਜੀ? ਇੰਡੀਆ ਚੈਂਪੀਅਨ। ਪਹਿਲਾਂ ਤਾਂ ਹੁਣ ਇੱਕ ਵਾਰੀ ਜੱਫੀ ਪਾ ਕੇ ਮਿਲਣਾ ਪੈਣਾ ਜੀ। ਨਹੀਂ, ਐਡੇ ਵੱਡੀ ਸ਼ਖਸੀਅਤ ਗੋਡੀ ਹੱਥ ਵੀ ਲਾਉਣਾ ਪੈਣਾ, ਕਿਉਂਕਿ ਸਾਡੀ ਵੀ ਮੇਰੀ ਵੀ ਖੁਸ਼ਕਿਸਮਤੀ ਆ ਅਤੇ ਮਾਲਵਾ ਟੀਵੀ ਦੀ ਵੀ ਇਹੋ ਜਿਹੀ ਸ਼ਖਸੀਅਤ ਦੇ ਨਾਲ ਮਿਲ ਰਹੇ ਹਾਂ। 3 ਵਾਰੀ ਇੰਡੀਆ ਦੇ ਤੁਸੀਂ ਚੈਂਪੀਅਨ ਜੀ। ਹਾਂਜੀ, ਵਾਹ ਜੀ ਵਾਹ। ਇਹੋ ਜਿਹਾ ਹੁਨਰ, ਕਿਉਂਕਿ ਮੇਰੇ ਵੀ ਵੱਡੇ ਭਾਗ ਆ, ਕਿਉਂਕਿ ਤੁਹਾਡੀ ਵਰਗੀ ਸ਼ਖਸੀਅਤ ਨੂੰ ਮਿਲਣਾ ਜਿਹੜਾ ਇੰਡੀਆ ਜਿੱਤਿਆ ਹੋਵੇ, ਸਪੋਰਟਸਮੈਨ ਹੋ ਅਤੇ ਸਾਰਾ ਪਰਿਵਾਰ ਹੀ ਖਿਡਾਰੀਆਂ ਦਾ ਅਤੇ ਮੰਨਾ ਵੀ ਨਾਲ ਜੁੜਿਆ ਹੋਇਆ। ਅੱਛਾ, 3 ਵਾਰੀ ਅਤੇ ਹੋਰ ਜੀ? ਏਸ਼ੀਆ 'ਚ ਗੋਲਡ ਮੈਡਲ ਆ ਜੀ ਮੇਰਾ, ਕੋਰੀਆ 'ਚ ਹੋਈ ਸੀ ਏਸ਼ੀਆ 2002 'ਚ। 2002 'ਚ ਏਸ਼ੀਆ 'ਚ ਗੋਲਡ ਮੈਡਲ? ਹਾਂਜੀ। ਅੱਛਾ ਜੀ, ਏਸ਼ੀਆ 'ਚ ਗੋਲਡ, ਵਰਲਡ 'ਚੋਂ ਬ੍ਰੌਂਜ਼ ਮੈਡਲ ਆ ਜੀ। ਵਰਲਡ 'ਚੋਂ? ਹਾਂਜੀ, ਪੂਰੀ ਦੁਨੀਆ 'ਚੋਂ? ਪੂਰੀ ਦੁਨੀਆ 'ਚੋਂ। ਹਾਂਜੀ, ਬ੍ਰੌਂਜ਼ ਮੈਡਲ ਆ। ਇਹ ਕਿਹੜਾ ਮੈਡਲ ਹੁੰਦਾ ਜੀ? ਪਹਿਲੇ ਵਾਲਾ ਜੀ। ਹਾਂਜੀ ਹਾਂਜੀ ਹਾਂਜੀ, ਵਾਹ ਜੀ ਵਾਹ। ਰਸ਼ੀਆ 'ਚ ਹੋਈ ਸੀ ਸੋਚੀ ਸ਼ਹਿਰ 'ਚ, ਕਿਉਂਕਿ ਮੰਨੇ ਵੀਰ ਹਾਂਜੀ ਹੱਥ 'ਚ ਫੜਨਾ ਹੀ ਸਾਡੇ ਤਾਂ, ਕਿਉਂਕਿ ਅੱਜ ਟੋਕੀਓ ਓਲੰਪਿਕ ਚੱਲ ਰਿਹਾ ਵਾ ਹਿੰਦੁਸਤਾਨ। ਉਹਦੇ ਵਿੱਚ ਵੀ ਸਾਡੀ ਭੈਣ ਮੀਰਾ ਬਾਈ ਚਾਨੂ ਮੈਡਲ ਲੈ ਕੇ, ਸਿਲਵਰ ਮੈਡਲ ਵੇਟ ਲਿਫਟਿੰਗ, ਉਹਦੇ ਲਈ ਵੀ ਆਪਾਂ ਇੱਕ ਵਾਰੀ ਐਪਰੀਸ਼ੀਏਟ ਉਹਦੇ ਲਈ ਵੀ ਆਪਾਂ ਕਰੀਆ, ਕਿਉਂਕਿ ਉਹਦੇ 'ਚ ਤੁਹਾਡੇ ਮਹਿਕਮੇ ਨਾਲ ਜੁੜੇ। ਸਤਨਾਮ, ਇਹ ਵਰਲਡ ਦਾ ਬਰਾਊਨ ਮੈਡਲ ਆ ਜਿਹੜਾ ਵੀ ਰੈਂਕੂ ਹੋਣਾ ਨੇ, ਬੋਪਾ ਰਾਮਾ ਪਿੰਡ ਦੇ ਜੰਪਲ ਆ, ਉਹਨਾਂ ਨੇ ਇਹ ਜਿੱਤਿਆ ਹੋਇਆ ਵਾ। ਸੋ ਬਹੁਤ ਵੱਡੀ ਗੱਲ ਆ ਜੀ। ਜਾਣੀ ਆਹ ਭਤੀਜਾ ਮੇਰਾ, ਇਹ ਵੀ ਨੈਸ਼ਨਲ ਗੋਲਡ ਮੈਡਲਿਸਟ ਆ ਜੀ, ਉਹ ਮੈਡਲ ਸਾਹਮਣੇ ਪਿਆ। ਇਹ ਇਹ ਤੁਹਾਡਾ ਭਤੀਜਾ? ਹਾਂਜੀ, ਲੱਕੀ ਵੀਰ ਦਾ ਬੇਟਾ? ਲੱਕੀ ਵੀਰ ਦਾ ਬੇਟਾ ਜੀ। ਹਾਂਜੀ, ਇਸੇ ਸਾਲ ਹੀ ਜੀ 2021 'ਚ ਕਰਨਾਲ ਹੋਈ ਸੀ ਹਰਿਆਣੇ 'ਚ। ਹਾਂਜੀ, ਨੈਸ਼ਨਲ, ਉਹਦੇ 'ਚ ਗੋਲਡ ਮੈਡਲ ਆ ਇਹਦਾ ਵੀ। ਅੱਜ ਹਰਿਆਣਾ ਗੜ ਬਣ ਗਿਆ। ਹਾਂਜੀ ਹਾਂਜੀ, ਜੇ ਆਪਾਂ ਗੱਲ ਲੱਕੀ ਵੀਰ ਕਰੀਏ, ਕਿਉਂਕਿ ਪਲੇਅਰ ਹੁਣ ਵੀ ਜਿਹੜੇ ਵਰਲਡ 'ਚ ਤੇ ਬਹੁਤ ਸਹੂਲਤ ਦੇ ਰਹੇ, ਜ਼ਿਆਦਾ ਸਹੂਲਤ ਦੇ ਰਹੇ। ਇਹ ਤੁਹਾਡਾ ਭਤੀਜਾ? ਹਾਂਜੀ ਹਾਂਜੀ, ਸਾਨੂੰ ਵੀ ਮਾਣ ਆ, ਕਿਉਂਕਿ ਤੁਹਾਡੇ 'ਤੇ ਹੀ ਵੱਡਾ ਮਾਣ ਆ, ਅਤੇ ਹੁਣ ਇਹਦੇ ਲਈ ਵੀ ਇੱਕ ਵਾਰੀ ਜ਼ਰੂਰ ਜੀ ਐਪਰੀਸ਼ੀਏਟ ਕਰੀਏ, ਕਿਉਂਕਿ ਲੱਖਾਂ ਬੰਦਿਆਂ ਨੇ ਦੇਖਣਾ ਵਾ ਦੁਨੀਆ ਨੇ, ਬਹੁਤ ਵੱਡੀ ਗੱਲ ਆ। ਇਹ ਇਹ ਵੇਟ 'ਚ ਕਿ ਉਮਰ 'ਚ? ਉਮਰ 'ਚ ਜੀ, ਉਮਰ 'ਚ ਵੀ ਵੇਟ 'ਚ ਵੀ ਜੀ। ਅੱਛਾ ਜੀ। ਹਾਂਜੀ, 42 ਕਿਲੋ ਵੇਟ 'ਚ ਸੀਗਾ ਇਹ। ਹਾਂਜੀ, ਅਤੇ 12 ਕਿਲੋ 12 ਈਅਰ ਤੋਂ ਥੱਲੇ ਉਮਰ ਸੀ, 12 ਸਾਲ ਤੋਂ ਘੱਟ। ਹਾਂਜੀ ਹਾਂਜੀ, ਟ੍ਰੇਨਿੰਗ ਤੁਹਾਡੀ ਹੋਈ ਆ? ਹਾਂਜੀ ਹਾਂਜੀ। ਕਿਆ ਬਾਤ ਆ ਜੀ। ਸੋ ਆਪਾਂ ਅੱਜ ਇਹੋ ਜਿਹੀ ਸ਼ਖਸੀਅਤ ਨਾਲ ਗੱਲ ਕਰ ਰਹੇ ਹਾਂ, ਸਰਦਾਰ ਅਮਨਦੀਪ ਸਿੰਘ ਜੀ ਰੈਂਕੂ, ਮਨਦੀਪ ਸਿੰਘ ਜੀ ਰੈਂਕੂ, ਅਤੇ ਅਮਨਦੀਪ ਇੱਧਰ ਬੈਠਾ ਵਾ ਮੇਰੇ ਕੋਲੇ, ਅਤੇ ਨਾਲ ਹੀ ਉਹਨਾਂ ਦੇ ਭਰਾ ਬੋਪਾ ਰਾਮਾ ਪਿੰਡ 'ਚ ਆਪਾਂ ਬੈਠੇ ਹਾਂ, ਮੰਨੇ ਉਹਨਾਂ ਦੇ ਸਾਰਾ ਭਾਈਚਾਰਾ ਇਹਨਾਂ ਦੇ ਸ਼ਿਕਾਰੀ ਵੀਰ, ਅਤੇ ਅੱਜ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਆਪਣੀ ਮੁਲਾਕਾਤ, ਕਿਉਂਕਿ ਲੰਬੀਆਂ ਗੱਲਾਂ ਬਾਤਾਂ ਚੱਲਣਗੀਆਂ, ਅਤੇ ਰੈਂਕੂ ਜੀ ਫਿਰ ਕਿਉਂਕਿ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਾਂ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਕਿਉਂਕਿ ਅੱਜ ਮੈਨੂੰ ਵੀ ਕੀ ਮੈਂ ਪੁੱਛੂ ਕੀ ਕਹੂੰਗਾ, ਕਿਉਂਕਿ ਐਡੀ ਵੱਡੀ ਦੁਨੀਆ ਦੇਖੂਗੀ ਵੀ ਇਹੋ ਜਿਹਾ ਹੁਨਰ ਕੋਈ ਆਪਣੇ ਪਿੰਡਾਂ 'ਚ ਹੀ ਤਿਆਰ ਵੀ ਕਰ ਲਿਆ, ਟ੍ਰੇਨਿੰਗ ਦੇ ਕੇ ਬੱਚਾ ਆਪਦਾ ਭਤੀਜਾ, ਤੇ ਹੋਰਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹੋ, ਹੋਰਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਾਂ। ਚਲੋ ਹੁਣ ਇਹ ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਕਿਉਂਕਿ ਮੈਨੂੰ ਵੀ ਸੋਚਣ ਲਈ ਅਤੇ ਦੁਨੀਆ ਨੂੰ ਵੀ ਇਹੋ ਜਿਹੀ ਸ਼ਖਸੀਅਤ ਕੋਲੇ ਆਪਣੇ ਪਿੰਡ ਤੋਂ 10 ਕਿਲੋਮੀਟਰ ਦੂਰ ਮੰਨੇ ਬੈਠੇ। ਹਾਂਜੀ ਹਾਂਜੀ, ਅਤੇ ਜ਼ਰੂਰ ਲੋਕ ਅਗਲੇ ਸਮੇਂ 'ਚ ਫਾਇਦਾ ਉਠਾਉਣਗੇ ਜੀ। ਜਿਵੇਂ ਹੁਣ ਆਪਾਂ ਆਪਣੇ ਜੀ ਇੱਥੇ ਵੇਟ ਲਿਫਟਿੰਗ ਦਾ ਝੋਲ ਦਾ ਅਚਰਬਾ, ਵੇਟ ਲਿਫਟਿੰਗ ਦਾ ਜੀ, ਹਾਂਜੀ ਟ੍ਰੇਨਿੰਗ ਚੱਲਦੀ ਹੈ ਜਿੱਥੋਂ ਹੁਣ ਉਹ ਗੁਰਬਖਸ਼ ਸਿੰਘ ਜੀ। ਹਾਂਜੀ, ਇੱਕ ਤਾਂ ਚੱਕਰ ਚੱਲ ਰਹੀ ਹੈ, ਚੱਕਰ ਦੀ ਲੜਕੀ ਵੀ ਜੀ ਬਾਕਸਿੰਗ 'ਚ ਹੁਣ ਜਾ ਰਹੀ ਆ, ਪਰਮਾਤਮਾ ਕਿਰਪਾ ਕਰੇ ਮੈਡਲ ਲੈ ਆਵੇ ਵਿਚਾਰੀ। ਉਹ ਉਹ ਵਰਲਡ ਵਰਲਡ ਦੇ ਲਈ ਗਈ ਆ, ਉਹ ਟੋਕੀਓ ਗਈ ਹੋਈ ਆ, ਉਹਦੇ ਲਈ ਵੀ ਇੱਕ ਵਾਰੀ ਜ਼ਰੂਰ ਜੀ। ਉਹ 2 ਰਾਊਂਡ ਜਿੱਤ ਚੁੱਕੀ ਆ ਜੀ, 16 ਖਿਡਾਰੀਆਂ 'ਚ ਆ ਚੁੱਕੀ ਆ 16 'ਚ। ਜੇ 2 ਹੋਰ ਰਾਊਂਡ ਜਿੱਤ ਕੀਤਾ ਆਪਣਾ ਮੈਡਲ ਇੰਡੀਆ, ਆਪਣਾ ਮੈਡਲ ਆਪਾਂ ਨੂੰ ਮਾਣ, ਚੱਕਰ ਪਿੰਡ ਤੋਂ
ਕਿਉਂਕਿ ਸਾਰੇ ਹੀ ਕਰੀਮ ਮੇਰੇ ਵੀ ਯਾਰ ਨੂੰ ਖੜੇ ਹੋ ਗਏ ਮੰਨੇ, ਕਿਉਂਕਿ ਖੁਸ਼ੀ ਵਾਲੀ ਇਹੋ ਜਿਹੀ ਗੱਲ ਵਿਚਾਰੀ ਗਰੀਬ ਘਰੋਂ ਲੜਕੀ ਆ। ਅੱਛਾ ਜੀ, ਮੇਨ ਤਾਂ ਚਲੋ ਹੁਨਰ ਤਾਂ ਪਰਮਾਤਮਾ ਨੇ। ਚਲੋ ਇਹ ਗੱਲਾਂ ਬਾਤਾਂ ਹੁਣ ਆਪਾਂ ਗਾਹਾਂ ਵੀਰ ਜੀ ਨਾਲ ਅਤੇ ਤੁਸੀਂ ਵੀ ਜਿਹੜੇ ਸੁਣਨ ਵਾਲੇ ਹੋ, ਬਹੁਤ ਵੱਡੀਆਂ ਗੱਲਾਂ ਹੋ ਗਈਆਂ ਨੇ ਅਤੇ ਇਹ ਗੱਲਾਂ ਨੂੰ ਆਪਾਂ ਵਿਸਤਾਰ